नमस्कार सांझ टीवी टॉप 10 देख रहे सारे दर्शकों का बहुत बहुत स्वागत है। मैं इसके बैंस लेके हाजिर हाँ अज दस खास खबर। मोगा के पिंड नथूवाला गर्वी में इकलौते पुत्र वालों परिवार के पांच जीआं का कतल करने तो बाद खुद वालों गोली मार के खुदकुशी कर ली गई। परिवार को खत्म करने वाले नौजवान वालों सुसाइड नोट में कतल का कारण आप शरीरक पक्षों कमजोर दसया गया है। मरण वालों में नौजवान की दादी माता पिता भैन और उसकी छोटी जिही भांजी शामिल है। फगवाड़ा विखे लोक इंसाफ पार्टी वालों जरनैल मंदिर की अगुवाई केंद्रीय राज मंत्री सोम प्रकाश के निवास स्थान जाके उन्होंने धर्मपत्नी अनीता सोम प्रकाश ने एक मांग पत्र दिता जिस च उन्होंने लिखा कि पोस्ट मैट्रिक स्कॉलरशिप स्कीम लागू करने संबंधी रखे गए मरण वर्त तो उठन के लिए प्रशासन ने उन्होंने झूठा भरोसा दिता है। उन्होंने मरण वर्त तो उठा लिया। जरनैल नंदा का कहना है कि प्रशासन अपने वादे तो मुकर है जिस कारण इस स्कीम अधीन आते विद्यार्थियों को दाखिले नहीं दिते जा रहे। उन्होंने कहा कि वो सियासत नहीं करते सगों ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਿੰਡ ਦੇ ਲੋਕਾਂ ਨੇ ਨਸ਼ਾ ਤਸਕਰਾਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਅਪਰਾ ਦੇ ਇੱਕ ਮੈਡੀਸਨ ਸਟੋਰ ਦਾ ਨਾਂ ਲੈਂਦੇ ਹੋਏ ਕਿਹਾ ਕਿ ਉਸ ਮੈਡੀਸਨ ਸਟੋਰ ਤੋਂ ਨਸ਼ਾ ਲੈ ਕੇ ਕਰੀਬ 40 ਨੌਜਵਾਨ ਮੌਤ ਦੇ ਮੂੰਹ ਵੀ ਜਾ ਚੁੱਕੇ ਹਨ। ਅਕਾਲੀ ਭਾਜਪਾ ਦੇ ਫਿਰੋਜ਼ਪੁਰ ਤੋਂ ਐਮਪੀ ਸੁਖਬੀਰ ਸਿੰਘ ਬਾਦਲ ਅਤੇ ਹੁਸ਼ਿਆਰਪੁਰ ਤੋਂ ਐਮਪੀ ਸੋਮ ਪ੍ਰਕਾਸ਼ ਨੂੰ ਜਨਰਲ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਡਿਫਾਲਟਰ ਹੋਣ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ ਜਿਨ੍ਹਾਂ ਨੇ ਵਿਦਾਇਕ ਰਹਿਣ ਤੋਂ ਬਾਅਦ ਵੀ ਸਰਕਾਰੀ ਸਹੂਲਤਾਂ ਨਹੀਂ ਛੱਡੀਆਂ। ਜ਼ਿਕਰਯੋਗ ਹੈ ਕਿ ਦੋਨਾਂ ਵੱਲੋਂ ਚੰਡੀਗੜ੍ਹ 'ਚ ਮਿਲੇ ਸਰਕਾਰੀ ਫਲੈਟ ਹਾਲੇ ਤੱਕ ਵੀ ਖਾਲੀ ਨਹੀਂ ਕੀਤੇ ਗਏ ਜਦਕਿ ਨਿਯਮਾਂ ਅਨੁਸਾਰ 15 ਦਿਨਾਂ ਦੇ ਅੰਦਰ ਅੰਦਰ ਸਰਕਾਰੀ ਰਿਹਾਇਸ਼ ਖਾਲੀ ਕਰਨੀ ਹੁੰਦੀ ਹੈ। ਦੀਨਾਨਗਰ ਦੇ ਪਿੰਡ ਦਾ ਇੱਕ ਨੌਜਵਾਨ 8 ਮਹੀਨਿਆਂ ਤੋਂ ਸਾਊਦੀ ਅਰਬ ਦੀ ਜੇਲ੍ਹ ਵਿੱਚ ਜਾਸੂਸੀ ਦੇ ਝੂਠੇ ਕੇਸ ਵਿੱਚ ਫਸਿਆ ਹੋਇਆ ਹੈ ਜਿਸ ਕਾਰਨ ਉਸਦੇ ਪਰਿਵਾਰ ਵਾਲਿਆਂ ਨੇ ਮਦਦ ਲਈ ਮੈਂਬਰ ਪਾਰਲੀਮੈਂਟ ਸਨੀ ਦਿਓਲ ਅਤੇ ਭਾਰਤੀ ਸਰਕਾਰ ਕੋਲ ਮਦਦ ਦੀ ਗੁਹਾਰ ਲਗਾਈ ਹੈ। ਅਫਰਾ ਵਿਖੇ ਗੜੀਵਾਲ ਸਿੰਘ ਰੋਡ ਤੇ ਇੱਕ ਵਿਅਕਤੀ ਪਾਸੋਂ ਲੁਟੇਰਿਆਂ ਵੱਲੋਂ ਦਫ਼ਤਰ ਦੀ ਨੋਕ ਤੇ ਲੁੱਟਖੋ ਕਰਨ ਦਾ ਮਾਮਲਾ ਸਾਹਮਣੇ ਬੀਤੀ ਰਾਤ ਕਰੀਬ 9:30 ਵਜੇ ਦੋ ਅਣਪਛਾਤੇ ਲੁਟੇਰੇ ਦਫ਼ਤਰ ਦੀ ਨੋਕ ਤੇ ਸੋਨੇ ਦੀ ਮੁੰਦਰੀ ਲੁੱਟ ਕੇ ਲੈ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਵਾਸੀ ਚੱਕ ਸਾਹੂ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਗੜੀਵਾਲ ਸਿੰਘ ਰੋਡ ਤੇ ਲੰਘੇ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਅਤੇ ਅਪਰਾਂ ਤੋਂ ਮੁੜਦੇ ਹੀ ਉਸ ਦੇ ਪਿੱਛੇ ਦੋ ਲੁਟੇਰੇ ਲੱਗ ਗਏ ਅਤੇ ਉਹਨਾਂ ਨੇ ਉਸ ਦੀ ਗਰਦਨ ਤੇ ਦਫ਼ਤਰ ਰੱਖ ਕੇ ਹੱਥ ਵਿੱਚ ਪਈ ਕੋਈ ਸੋਨੇ ਦੀ ਮੁੰਦਰੀ ਲੁੱਟ ਲਈ ਅਤੇ ਉਸਨੂੰ ਜ਼ਖਮੀ ਕਰ ਦਿੱਤਾ। ਉਧਰਾ ਪ੍ਰਾਪਲਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਲੌਰ ਦੇ ਥਾਣਾ ਨੂਰਮਹਿਲ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 7 ਗ੍ਰਾਮ ਹੈਰੋਨ ਅਤੇ 150 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਨੂੰ ਪੁਲਿਸ ਨੇ ਗਸ਼ਤ ਦੌਰਾਨ ਕਾਬੂ ਕੀਤਾ ਹੈ ਅਤੇ ਉਸ ਖਿਲਾਫ ਬਣਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਗੁਰਾਇਆ ਨੇੜਲੇ ਪਿੰਡ ਰੁਕੋਵਾਲ ਵਿਖੇ ਬੀਐਸਐਫ 'ਚ ਡਿਊਟੀ ਕਰ ਰਹੇ ਰੋਹਿਤ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ੀਸ਼ਿਆਂ ਦੀ ਭੰਨਤੋੜ ਕਰ ਦਿੱਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਵੀਨ ਕੌਰ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਪਿੰਡ 'ਚ ਅਜਿਹੀ ਪਹਿਲੀ ਵਾਰਦਾਤ ਹੈ ਜਿਸ ਨਾਲ ਪਿੰਡ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਇੱਕ ਫੌਜੀ ਜਵਾਨ ਦਾ ਘਰ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੀ ਬਣੇਗਾ। ਸੁਲਤਾਨਪੁਰ ਲੋਧੀ ਵਿਖੇ ਅੱਜ ਦੋਹਰਾ ਕਤਲਕਾਂਡ ਸਾਹਮਣੇ ਆਇਆ ਹੈ ਜਿੱਥੇ ਪਹਿਲਾਂ ਤਾਂ ਪਿੰਡ ਕਡਾਲਕਲਾਂ ਦੀ ਮੁੱਖ ਸੜਕ ਤੇ ਕਿਸੇ ਅਨਪਛਾਤੇ ਤੇ ਨੌਜਵਾਨ ਦੀ ਲਾਸ਼ ਮਿਲੀ ਅਤੇ ਫਿਰ ਉਸ ਤੋਂ ਬਾਅਦ ਇਲਾਕੇ ਵਿੱਚ ਇੱਕ ਹੋਰ ਲਾਸ਼ ਮਿਲ ਗਈ ਜਿਸ ਨਾਲ ਇਲਾਕੇ ਭਰ ਵਿੱਚ ਸਨਸਨੀ ਫੈਲ ਗਈ। ਫਿਲਹਾਲ ਪੁਲਿਸ ਵੱਲੋਂ ਦੋਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਪਿੰਡ ਚੁੜਚੱਕ ਵਿਖੇ ਬੀਤੇ ਦਿਨ ਇੱਕ ਮੁੰਡੇ ਨੂੰ ਪਿੰਡ ਦੀ ਕੁੜੀ ਨਾਲ ਚੱਲ ਰਹੇ ਪ੍ਰੇਮ ਸਬੰਧਾਂ ਨੂੰ ਲੈ ਕੇ ਲੜਕੀ ਦੇ ਪਿਤਾ ਵੱਲੋਂ ਲੜਕੇ ਨੂੰ ਨੰਗਾ ਕਰਕੇ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਗਈ ਫਿਰ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਮੁੰਡਾ ਆਪਣੇ ਘਰ ਨਹੀਂ ਪਰਤਿਆ ਪਰ ਮੁੰਡੇ ਦੇ ਘਰਦਿਆਂ ਦਾ ਕਹਿਣਾ ਹੈ ਕਿ ਕੁੜੀ ਵਾਲੇ ਵੀ ਰਾਜੀ ਸਨ ਉਹਦੇ ਘਰਦਿਆਂ ਨੇ ਉਹਨੂੰ ਆਪਣੇ ਘਰ ਬੁਲਾਇਆ ਉਸ ਤੋਂ ਬਾਅਦ ਉਸਨੂੰ ਇੰਨੀ ਸ਼ਰਮਸ਼ਾਰ ਕਰ ਦਿੱਤਾ ਕਿ ਮੁੰਡਾ ਹਜੇ ਤੱਕ ਘਰ ਵਾਪਸ ਨਹੀਂ ਪਰਤਿਆ। ਇਹ ਸਨ ਅੱਜ ਦੀਆਂ ਸਾਂਝ ਟੌਪ 10 ਨਿਊਜ਼। ਕੱਲ੍ਹ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਟੌਪ 10 ਲੈ ਕੇ। ਉਨੀ ਦੇਰ ਲਈ ਕੀਰਤੀ ਨੂੰ ਦੋ ਇਜਾਜ਼ਤ। ਧੰਨਵਾਦ।